ਇਹ ਕੀ ਪੈਣ ਵਾਲਾ ਸੈਲ ਇੱਕ ਸੈਲ ਪਾਇਆ ਤੇ ਬਸ ਇੱਕ ਦੋ ਦਿਨ ਪਈ ਨਹੀਂ ਮਾਰਚ ਮੁੜ ਕੇ ਚੱਲੀ ਨਹੀਂ ਉਹ ਇੱਥੋਂ ਪਾਇਆ ਉਹਨੇ ਪਤਾ ਨਹੀਂ ਕਿਹੜਾ ਪਾਇਆ ਕਿੰਨੇ ਲੈਣੇ 100 ਦੇ 100 ਵੀਆਂ ਦੇ 2 ਕਿਲੋ ਕਿਹਾ 60 ਰੁਪਏ ਕਿਲੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਠਾਕ ਹੋ ਤੇ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਾਂ ਘੁੰਮਣ ਘਾਮਣ ਚੱਲਨੇ ਬਸ ਇਦਾਂ ਹੀ ਤੇ ਡੈਡੀ ਜੀ ਦੇ ਮਮਾ ਜੀ ਦਾ ਪਤਾ ਲੈਣ ਵਾਸਤੇ ਚੱਲ ਡੈਡੀ ਜੀ ਨੇ ਇਹ ਦੱਸਿਆ ਤੁਸੀਂ ਵੀ ਨਿੱਕੇ ਹੁੰਦੇ ਨਾਨਕੇ ਜਾਂਦੇ ਹੁੰਦੇ ਸੀ ਜਦੋਂ ਖੇਡਣਾ ਮੱਲਣਾ ਨਿੱਕੇ ਹੁੰਦੇ ਬਚਪਨ ਚ ਹੈ ਡੰਡਾ ਖੇਡਦੇ ਰਹੇ ਜਾਣਾ ਗੁਰਦੁਆਰੇ ਕੋਲ ਡੰਡਾ ਖੇਡਦੇ ਨੇ ਅਸੀਂ ਇਹ ਗੱਲ ਹੈਗੀ ਹੈ ਵੀ ਜਦੋਂ ਆਪਾਂ ਛੋਟੇ ਛੋਟੇ ਹੁੰਦੇ ਨਾ ਨਾਨੀ ਨਾਨਾ ਆਪਾਂ ਛੋਟੇ ਛੋਟੇ ਉਦੋਂ ਬੜਾ ਚਾਅ ਕਰਨਾ ਹਨਾ ਉਹਨਾਂ ਨੇ ਬਹੁਤ ਬੜਾ ਚਾਅ ਕਰਦੇ ਹਨਾ ਮੈਂ ਵੀ ਬੜਾ ਖੇਡਦਾ ਰਿਹਾ ਮੈਂ ਕਵਾਖੀ ਵੀ ਮੇਰਾ ਤੇ ਦੋ ਹੀ ਅੱਡੇ ਰਹੇ ਜਾਂ ਵਡਾਲਾ ਗ੍ਰੰਥੀਆਂ ਤੇ ਜਾਂ ਫਿਰ ਬਹੁਤਾ ਗੋਪੀ ਹੋਣਾ ਬਸ ਬਹੁਤਾ ਤੇ ਗੋਪੀ ਹੋਣਾ ਕੋਈ ਰਿਹਾ ਜ਼ਿਆਦਾ ਉੱਥੇ ਬੈਟ ਬਾਲ ਤੁਸੀਂ ਗੁੱਲੀ ਡੰਡਾ ਮੈਂ ਤੇ ਬੈਟ ਬਾਲ ਖੇਡਦਾ ਰਿਹਾ ਜ਼ਿਆਦਾ ਉਦੋਂ ਗੁੱਲੀ ਡੰਡਾ ਹੁੰਦਾ ਸੀ ਜਾਂ ਧੌੜੀ ਗੇਂਦ ਜੀ ਮਾਰ ਆ ਗੇਂਦ ਭਰਾਵਾ ਮਾਰ ਦੇ ਵਿੱਚ ਮਾਰਨਾ ਕਿੱਦੂ ਬਾਲ ਜਾ ਦੇ ਇਦਾਂ ਆ ਡੈਡੀ ਜੀ ਦੇ ਮਾਮਾ ਜੀ ਦਾ ਘਰ ਹੈਗਾ ਆ ਇਧਰ ਅਚਲ ਸਾਹਿਬ ਤੋਂ ਅੱਗੇ ਕਿਹੜਾ ਪਿੰਡ ਜੀ ਡੈਡੀ ਜੀ ਸੱਲੋ ਪਿੰਡ ਆ ਗੁਰਦੁਆਰਾ ਅਚਲ ਸਾਹਿਬ ਆ ਵੇਖੋ ਇਧਰ ਮੰਦਿਰ ਹੈ ਤੇ ਇਧਰਲੀ ਸਾਈਡ ਗੁਰਦੁਆਰਾ ਸਾਹਿਬ ਨਾਲ ਹੀ ਇਹ ਡੈਡੀ ਜੀ ਦੇ ਮਾਮਾ ਜੀ ਦੀ ਚੱਕੀ ਵੇਖ ਲਓ ਅਜੇ ਵੀ ਲੱਗੀ ਆ ਆਹ ਟੱਪੀਆਂ ਵਾਲੀ ਆਹ ਤਕੜੀ ਲੱਗੀ ਪੁਰਾਣੀ ਤੇ ਇਧਰ ਆਹ ਲਾਈ ਆ ਪਤਾ ਨਹੀਂ ਇਹਨੂੰ ਕੀ ਕਹਿ ਦਿੰਦੇ ਜੀ ਹਲਦੀ ਸ਼ਾਇਦ ਖਾਣੀ ਹਲਦੀ ਇੱਥੇ ਅਮਰੂਦ ਦਾ ਬੂਟਾ ਹੁੰਦਾ ਹੈ ਪਹਿਲਾਂ ਉਹ ਵੜਤਾ ਆ ਹੁਣ ਆਹ ਲੈ ਗਿਆ ਪਰਦੇ ਲਾ ਤੇ ਆਪਾਂ ਉੱਪਰ ਵੀ ਕਾਫੀ ਚਿਰ ਦੇ ਪਏ ਸੀਗੇ ਤੇ ਪੂਰਾ ਆਇਆ ਵੈਸੇ ਅੰਦਰ ਵੀ ਲਾ ਤੇ ਆ ਚਲੋ ਦਿਖਾਵਾਂਗੇ ਗਰਮ ਸੂਟ ਲੈ ਕੇ ਦੇਵਾਂਗੇ ਨਵੇਂ ਆਏ ਆ ਕੋਟੀਆਂ ਜਿਹੜੀਆਂ ਕੋਟੀਆਂ ਵਿਖਾਓ ਭਲਾ ਇਹ ਕਿਤੇ ਸੋਹਣਾ ਹੋਰ ਵੇਖ ਲਾ ਇਹਦੇ ਚ ਹੋਰ ਕਲਰ ਨਹੀਂ ਠੀਕ ਲੱਗਾ ਠੀਕ ਉਹ ਬੱਲੇ ਬੱਲੇ ਲਾਉਂਗੀ ਬੜਾ ਸਾਰਾ ਤੱਕ ਹੋ ਗਿਆ ਹੈ ਸਿੰਪਲ ਹੀ ਉਦਾਂ ਵੇਖ ਲਾ ਗਲਾਫ ਦੇਖਣ ਵਾਸਤੇ ਤੈਨੂੰ ਪਤਾ ਕਲਰ ਬੜਾ ਸੋਹਣਾ ਕਲਰ ਕਿਹੜਾ ਸੋਹਣਾ ਮੰਮੀ ਆਹ ਡਿਜ਼ਾਈਨ ਹੈਗਾ ਇੱਕ ਆਹ ਪਾਸਾ ਇੱਕ ਪਾਸਾ ਆਹ ਹੀ ਤੇ ਇੱਕ ਪਾਸਾ ਆਹ ਸ਼ਾਦਾ ਫਾਊਂਡਰੀ ਦੇ ਸਾਹਮਣੇ ਖੜੇ ਹੋਏ ਆਪਾਂ ਇਸ ਟਾਈਮ ਤੇ ਆਹ ਸਾਹਮਣੇ ਵੀਰ ਜਿਹੜਾ ਨੀ ਰਹੋ ਬਹੁਤ ਵਧੀਆ ਬਣਾਉਂਦਾ ਤੇ ਮੈਂ ਕਿਹਾ ਚਲੋ ਇਹਦੇ ਪੀ ਕੇ ਚੱਲਦੇ ਆਪਾਂ ਗਲਾਫੀ ਆਉਂਦੇ ਨਾ ਕਵਰ ਕਵਰ ਲੈਂਦੇ ਇਹਦੇ ਮਟਰ ਅੱਜ ਬਣਨੇ ਸਾਡੇ ਘਰੇ ਪੈਂਟ ਆਪਾਂ ਨੂੰ ਪ੍ਰਮੋਸ਼ਨ ਤੇ ਮਿਲੀ ਸੀਗੀ ਤੇ ਚੱਕਰ ਧਾਗੇ ਵੀ ਕਾਫੀ ਧਾਗੇ ਲੱਗੀ ਆ ਦੇਖੋ ਆਹ ਵਾਲੀ ਕਿਵੇਂ ਲੱਗ ਰਹੀ ਹੈ ਘੈਂਟ ਸੋਹਣੀ ਵੇਖਦੇ ਦੱਸਦੀ ਸਹੀ ਕੀ ਘਟਿਆ ਵਧਿਆ ਕੰਮ ਮੁੱਗੇ ਹਨਾ ਸਿਸਟਮ ਜਿਹੜਾ ਦੂਜੇ ਹੁੰਦੇ ਵਧਿਆ ਘਟਿਆ ਨੋਰਮਲ ਲਓ ਜੀ ਨੋਰਮਲ ਆ ਗਿਆ ਬੀਪੀ ਠੀਕ ਆ ਜੀ ਹੁਣ ਪੀਲੀ ਵੀ ਵੱਜ ਜਾਣੀ ਆ ਪਰਪਲ ਕਲਰ ਵੀ ਨਹੀਂ ਇਧਰ ਨਾਲ ਤੁਸੀਂ ਕਿੱਥੇ ਚੱਲੇ ਅੱਜ ਮੈਂ ਕਿਤੇ ਵੀ ਨਹੀਂ ਮੈਂ ਥੋੜੇ ਬਹੁਤ ਜੋੜੇ ਸੀ ਕੱਪੜੇ ਤੇ ਉਹ ਮੈਨੂੰ ਸਹੀ ਨਹੀਂ ਲੱਗੇ
ਤੇ ਮੈਂ ਹਮੇ ਆਪਣੀ ਮਰਜ਼ੀ ਨਾਲ ਤੈ ਲੰਨਾ ਪੀ ਮਰੀ ਹੁਣ ਮੈਂ ਵੇਖੋ ਪੁਰਾਣੇ ਕੱਪੜੇ ਇੱਕ ਸਾਈਡ ਤੇ ਕਰਨ ਦੇਣਾ ਜਿੰਨੀਆਂ ਕਮੀਜ਼ਾਂ ਨਾਲ ਪਿੱਛੇ ਆ ਕੁੜੀਆਂ ਵੀ ਇਹੋ ਜਿਹੀਆਂ ਪਾਉਂਦੀਆਂ ਦੇਖ ਨਾ ਜੀਨਾਂ ਵਾਲੀਆਂ ਜੈਕਟਾਂ ਕਿਹੜੀ ਜੀਨਾਂ ਸੋਹਣੀ ਲੱਗਦੀਆਂ ਨੇ ਹਾਂ ਬੜੀ ਜੀ ਲੱਗਦੀ ਕਿਹਨ ਸਾਡੀ ਪਾਉਂਦੀ ਰਹੇ ਰੰਗ ਇਹ ਸਾਰੀਆਂ ਹੈਗੀਆਂ ਨਵੀਆਂ ਪੈਂਟਾਂ ਤੇ ਉਹ ਬਾਹਰ ਕੱਢ ਦਿੱਤੀਆਂ ਜਿਹੜੀਆਂ ਮੈਂ ਨਹੀਂ ਪਾਉਣੀਆਂ ਪੱਲੇ ਸਾਈਡ ਇਹ ਵੀ ਪਾਉਣੀਆਂ ਹੀ ਉਹ ਆ ਪਾਉਣੀਆਂ ਇਹ ਪ੍ਰਾਂਤ ਜਿਹੜੀ ਘਰ ਪਾਉਣੀਆਂ ਮਤਲਬ ਇਹ ਘਰ ਪਾਉਣੀਆਂ ਆ ਵਾਂਡੇ ਪਾਉਣ ਵਾਲੀਆਂ ਨਵੀਆਂ ਵਾਂਡੇ ਆ ਇੱਥੇ ਆ ਜਿਹੜੇ ਆ ਜਿਹੜੇ ਨਹੀਂ ਪਾਉਣੇ ਜਿਹੜੇ ਨਹੀਂ ਪਾਉਣੇ ਦੇਣ ਵਾਸਤੇ ਕਿਸੇ ਨੂੰ ਕੱਢਦੇ ਆ ਤੇ ਇਹ ਆਪਣੇ ਠੱਗ ਵੀਰ ਵਾਸਤੇ ਠੱਗ ਗਿਆ ਮੇਰਾ ਭਰਾ ਇੱਕ लो जी आप बैठा बैठा वेख लो दोवें जाने ने कर ली सफाई मम्मी दे विच हिस्सा है पर मम्मी ने अपने गंढ बन ली जिहड़े कपड़े नहीं सी ना आपां ओह पाउणे सी मैं ते ओह मम्मी चुके लै गई इत्थों वी चल आपां गरीबां च वंड दांगे ओह इह मेरियां सारियां दस्तारां ही आ बस पग्गां ते ओह नीचे मेरे परने ने वी आ पाता आपां इहनूं गलाफ ही कह दिंदे ना है ना हां गलाफ पाया ਅਤੇ ਇਹਦਾ ਉਹਦਾ ਪਾਸਾ ਜਿਹੜਾ ਤਾਂ ਜਿਵੇਂ ਨਾ ਧੰਦਾ ਹੋਣਾ ਹੁਣ ਆਹ ਵਾ ਡਿਜ਼ਾਇਨ ਆ ਵੇਖੋ ਇਹ ਸਾਰੇ ਸੇਮ ਜਿਹਾ ਹੀ ਇੱਦਾਂ ਦਾ ਬਸ ਇਹੋ ਡਿਜ਼ਾਇਨ ਆ ਜਿਹੜਾ ਹੁਣੇ ਲੈ ਕੇ ਆਏ ਸੀ ਨਵਾਂ ਜੇ ਰਜਾਈ ਆਪਣੀ ਡਬਲ ਬੈੱਡ ਦੀ ਹੈ ਮੈਂ ਲੋਕ ਸਵੇਰੇ ਸਵੇਰੇ ਫਰੂਟ ਖਾਂਦੇ ਨੇ ਰੋਟੀ ਖਾਂਦੇ ਹੈ ਇਹ ਸਵੇਰੇ ਸਵੇਰੇ ਫੈਨ ਖਾਂਦੇ ਨੇ ਇਹ ਕੀ ਚੁਰੀ ਚੁਰੀ ਖਾਣ ਲੱਗੇ ਹੈਂ ਸ਼ੂਗਰ ਸ਼ਾਗਰ ਕਿੱਥੇ ਗਈ ਹੈਂ ਡੈਡੀ ਐਡਾ ਚਿੱਟਾ ਕੁੜਤਾ ਪਜਾਮਾ ਪਾ ਕੇ ਨਾ ਅਤੇ ਕੰਮ 'ਤੇ ਚੱਲਿਆ ਵਿਖਾ ਆਵੇ ਲਿਆ ਵੱਢਣ ਵਾਲਾ ਬਲੇਟ ਪੇਸਕਸ ਆਵੇ ਸਟਾਰ ਥੋੜੀਆਂ ਥਾੜੀਆਂ ਰੱਖੀਆਂ ਬੰਦਾ ਵੇਲਾ ਧੁੱਪੇ ਬੈਠਦਾ ਆ ਦਿਨਾਂ ਦੇ ਵਿੱਚ ਤਾਂ ਧੁੱਪੇ ਗਰਮੀ ਲੱਗਦੀ ਆ ਬਹੁਤ ਜ਼ਿਆਦਾ ਅਤੇ ਜੇ ਛਾਵੇਂ ਬੈਠਦਾ ਆ ਤਾਂ ਛਾਵੇਂ ਠੰਡ ਲੱਗਦੀ ਇਹ ਇਵੇਂ ਦੇ ਦਿਨ ਹੋ ਜਾਂਦੇ ਹੈ ਨਾ ਜਿਹੜੇ ਫੇਸਬੁੱਕ 'ਤੇ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰੇ ਸੁੱਖ ਸੁਖ ਦਾ ਆਪਾਂ ਕਿੱਦਾਂ ਟੰਗੀਆਂ ਹੋਈਆਂ ਵਾ ਅਤੇ ਬਾਕੀ ਸੁੱਖ ਸੁੱਖਨਾ ਦਾ ਟਾਈਮ ਆਵੇ ਬਸ ਮਹਾਰਾਜ ਕਿਰਪਾ ਕਰੇ ਸੱਚੇ ਪਾਤਸ਼ਾਹ ਦਿਨ ਸਿਰਫ ਰਹਿ ਗਏ ਵਿੱਚ 20 ਬਸ ਗਿਣਤੀ ਦੇ 15 ਜਾਂ 20 ਦਿਨ ਹੈ ਨਾ ਸੁਨੀਲ 2 ਮਹੀਨੇ ਨੇ ਝੂਠ ਬੋਲਣ ਦੇ ਦਿਨ ਰਹਿ ਗਏ ਸਿਰਫ 20 ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੋ ਜੇ ਵਾਹਿਗੁਰੂ ਦੇ ਦੇਣ ਜਾਂ ਮਹੀਨਾ ਲੱਗ ਜੇ 8ਵਾਂ ਮਹੀਨੇ ਲੋ ਕੰਪਲੀਟ ਹੋਣ ਵਿੱਚ 20 ਦਿਨ ਰਹਿ ਗਏ ਸਿਰਫ ਅਰਗੇ ਜਿਹੜਾ ਨੇ ਵਖ ਛਿੱਲ ਗਿਆ ਟਹੀਂ ਅਤੇ ਆਹ ਪੂਰਾ ਕੱਢਿਆ ਪਰ ਥੋੜ੍ਹਾ ਥੋੜ੍ਹਾ ਚੁੱਲ੍ਹਾ ਟੁੱਟ ਗਿਆ ਉੱਦਾਂ ਤੇੜ ਪੈ ਗਈ ਹੈ ਇੱਧਰੋਂ ਵੀ ਆਹ ਵੀ ਟੁੱਟ ਗਿਆ ਆਹ ਲਾਸਟ 'ਤੇ ਇੱਕ ਪੀਸ ਆਹ ਟੁੱਟ ਗਿਆ ਭਾਈ ਹਾਂ ਬਸ ਬਾਕੀ ਸਾਰਾ ਸਬੂਤਾ ਵੇਖੋ ਉਹਦਾ ਸਬੂਤਾ ਬਸ ਆਹ ਪਾਣੀ ਸਬੂਤਾ ਮਾੜਿਆ ਟੁੱਟਾ ਉਹਦਾ ਸਬੂਤਾ ਨਿਕਲਿਆ ਹਾਂਜੀ ਆਹ ਘੱਟ ਹਾਂ ਜਦੋਂ ਮੇਰੇ ਦਾਦਾ ਦਾਦੀ ਜੀ ਹੁੰਦੇ ਸੀ ਨਾ ਉਹਨਾਂ ਨੇ ਲੈ ਕੇ ਰੱਖੀਆਂ ਹੁੰਦੀਆਂ ਆਪਣੀਆਂ ਕੁਰਸੀਆਂ ਉਹ ਪੁਰਾਣੀ ਉਹਨਾਂ ਦੀ ਯਾਦਗਿਰੀ ਅੱਜ ਵੀ ਪਈਆਂ ਹੋਈਆਂ ਸਾਡੇ ਕੋਲ ਹਾਂਜੀ ਆਪਾਂ ਹੋ ਗਏ ਹਾਂ ਰੈਡੀ ਰੈਡੀ ਇਸ ਕਰਕੇ ਹੋਏ ਹਾਂ ਵੀ ਕਿਰਨ ਜੀ ਹੁਣਾਂ ਵੱਜ ਜਾਣਾ ਆ ਅਤੇ ਉਹਨਾਂ ਨੂੰ ਇੱਕ ਫਾਂਡਾ ਤਾਂ ਉਦਣ ਕਰਵਾ ਲਿਆ ਸੀ ਆਪਣਾ 2.5 ਫਿਟ ਦਾ ਅਤੇ ਇੱਕ ਅੱਜ ਰਹਿੰਦਾ ਆ ਉਹ ਨਾ ਕੋਈ ਪਿੰਡ ਆ ਉੱਥੇ ਆਪਾਂ ਗਏ ਸੀਗੇ ਅਤੇ ਉਹ ਗਰੰਟੀ ਦੇ ਨਾਲ ਫਰਕ ਪੈਂਦਾ ਖੰਡ ਖੰਡ ਦਿੰਦਾ ਉਹ ਅੰਕਲ ਖੰਡ ਦਿੰਦਾ ਉਹਦੇ ਨਾਲ ਕਿ 2.5 ਫਿਟ ਦਾ ਬੁਖਾਰ ਜਿਹੜਾ ਨਹੀਂ ਉਹ ਉੱਤਰ ਜਾਂਦਾ ਉਹ ਗਰੰਟੀ ਆ ਫੁੱਲ ਚਲੋ ਇਹ ਕੀ ਗਿਰੀ ਵਾਹ ਮੰਮੀ ਹੋ ਗਏ ਰੈਡੀ ਮੰਮੀ ਵੀ ਜਾਣਗੇ ਲੱਡੂ ਫੇਵਰੇਟ ਮੈਂ ਲੱਡੂ ਖਾਣਾ ਨਾ ਮੈਂ ਉਹਨੂੰ ਸਪੈਸ਼ਲ ਆਵਾਜ਼ ਮਾਰੀ ਕੇ ਇੰਨੇ ਰੁੱਖਾਂ ਦੀ ਵੇਲਾ ਤਬਾਹੀ ਕਰ ਛੜੀ ਹੈ ਇਹ ਤਾਂ ਕਰਕੇ ਕਰ ਰਹੇ ਆ ਤਬਾਹੀ ਵੀ ਇਹ ਰੋਡ ਹੋਣਾ ਆ ਚੌੜਾ ਪਰ ਰੁੱਖ ਬਹੁਤ ਵੱਢ ਦਿੱਤਾ ਯਾਰ ਬਹੁਤ ਦੁੱਖ ਲੱਗ ਰਿਹਾ ਹਾਂ ਸਾਰੀ ਲੈਣ ਵੱਢੀ ਜਾਣੀ ਕਿ ਆਹ ਟੋਟਲੀ ਹੈ ਨਾ ਭਾਈ ਮੋਟੇ ਕੀ ਆ ਸਾਰੇ ਵੱਡੇ ਜਾਣੇ ਟੋਟਲੀ ਆ ਜਿੰਨੇ ਵੀ ਆ ਇੱਧਰਲੇ ਬੰਨੇ ਸਾਰੇ ਇੱਦਾਂ ਰਹਿਣੇ ਸਹੀ ਰਹਿਣੇ ਆ ਇੱਧਰਲੇ ਵੱਡੇ ਜਾਣੇ ਆ ਹਾਂ ਨਾਲ ਸਾਡੇ ਕਿਰਨ ਦੀਦੀ ਹੁਣੀ ਵੀ ਆ ਗਏ ਨੇ ਅਤੇ ਜੇ ਕਿਸੇ ਨੇ ਮੰਨ ਲਓ ਤੁਸੀਂ ਵੀ ਕਹਿੰਦੇ ਫਾਂਡਾ ਕਰਵਾਉਣਾ ਵਾ ਹੈ ਨਾ 2.5 ਫਿਟ ਦਾ ਅਤੇ ਇਹ ਮਹਿਤੇ ਚੌਂਕ ਤੋਂ ਪੁੱਛ ਲੈਣਾ ਆ ਵੀ ਸੇਰੂ ਪਡਾਈ ਦੇ ਕਰਕੇ ਪਿੰਡ ਦਾ ਨਾਂ ਆ ਥੋੜ੍ਹਾ ਬਹੁਤ ਗਲਤ ਵੀ ਹੋ ਸਕਦਾ ਤੁਹਾਨੂੰ ਦੱਸ ਦਿੰਦੇ ਉੱਦਾਂ ਪੁੱਛ ਕੇ ਵੀ ਕਿਹੜਾ ਨਾਂ ਆ ਉਹਦਾ ਪਿੰਡ ਦਾ ਪਰ ਸੇਰੂ ਪੱਡਾ ਵੀ ਤੁਸੀਂ ਕਹਿ ਦੋਗੇ ਤਾਂ ਵੀ ਉਹਨਾਂ ਨੇ ਦੱਸ ਦੇਣਾ ਤੁਹਾਨੂੰ ਵੀ ਹਾਂ ਇੱਧਰੀ ਸਾਈਡ ਪਿੰਡ ਹੈ ਜੇ ਕਰਨਾ ਕਿਹੜੇ ਰੋਡ 'ਤੇ ਪੈਂਦਾ ਅੰਮ੍ਰਿਤਸਰ ਰੋਡ ਭਾਅ ਜੀ ਨਹੀਂ ਕਹਿ ਰਹੇ ਵੀ ਅੰਮ੍ਰਿਤਸਰ ਰੋਡ 'ਤੇ ਪੈਂਦਾ ਅਤੇ ਆਓ ਤੁਹਾਨੂੰ ਹੁਣ ਆਪਾਂ ਬੱਕਰੀਆਂ ਵਿਖਾਈਏ ਆਹ ਲਓ ਜੀ ਬੱਕਰੀਆਂ ਦੇਖੋ ਆਵੇ ਇੱਧਰ ਵੀ ਜੇ ਅਤੇ ਹੁਣ ਤੁਹਾਨੂੰ ਆਪਾਂ ਬੱਕਰੀ ਦੇ ਦੁੱਧ ਦੇ ਫਾਇਦੇ ਦੱਸਦੇ ਹਾਂ ਤਿਲ ਕੱਠੇ ਹੋਣ ਅਤੇ ਉਹਨਾਂ ਵਾਸਤੇ ਬਹੁਤ ਵਧੀਆ 2.5 ਫਿਟ ਵੀ ਹੋਇਆ ਆਵੇ ਨਾ ਜਿੱਦਾਂ ਉਹਨਾਂ ਵਾਸਤੇ ਬਹੁਤ ਵਧੀਆ ਅਤੇ ਜਿਹੜੇ ਨਹੀਂ ਪੀਂਦੇ ਤਾਂ ਉਹਨਾਂ ਵਾਸਤੇ ਤਾਂ ਫਿਰ ਫਾਂਡਾ ਹੀ ਆ ਤਾਂ ਪਿੰਡ ਤਾਂ ਆਹ ਵਾਲਾ ਵਾ ਪਰ ਆਪਾਂ ਥੋੜ੍ਹਾ ਪਿੰਡ ਦੇ ਉੱਪਰੋਂ ਦੀ ਜਾਣਾ ਤੁਹਾਨੂੰ ਦੱਸ ਦਿੰਦੇ ਹੁਣ ਆਹ ਵੇਖਿਓ ਲੋਕੇਸ਼ਨ ਵੇਖੀ ਜਾਇਓ ਤੁਸੀਂ ਹੁਣ ਆਹ ਇੱਥੇ ਲਿਆ ਅੱਗੇ ਸਕੂਲ ਹੈ ਇੱਥੇ ਸਕੂਲ ਤੋਂ ਬਸ ਨਾਲ ਹੀ ਮੁੜਨਾ ਆ ਵੇਖੋ ਆਹ ਸਕੂਲ ਤੁਹਾਨੂੰ ਦੱਸ ਦਿੰਦੇ ਆਹ ਵੇਖੋ ਆਹ ਕਿਹੜਾ ਸਕੂਲ ਆ ਸੇਰੂ ਪੱਡਾ ਹੀ ਸੇਰੂ ਪੱਡਾ ਸੇਰੂ ਪੱਡਾ ਪਿੰਡ ਦਾ ਨਾਂ ਆ
ਸੂਰੇ ਪੜਿਓ ਸਰਕਾਰੀ ਐਲੀਮੈਂਟਰੀ ਸਕੂਲ ਇਹ ਵਾਲਾ ਸਕੂਲ ਜੇ ਠੀਕ ਆ ਨਿਓ ਸਾਹਮਣੇ ਗੁਰਦੁਆਰਾ ਸਾਹਿਬ ਤੇ ਇੱਧਰ ਹੀ ਹੁਣ ਆਪਾਂ ਜਾਣਾ ਆ ਤਾਂ ਨਾਲ ਹੀ ਆ ਵਾਲਾ ਘਰ ਵਾ ਵਾਲਾ ਆ ਦੇਖੋ ਮੁੜ ਕੇ ਉਹ ਖੰਡ ਦਿੰਦੇ ਆ ਉਹ ਸ਼ਕਨ ਨੂੰ ਚਿੜੀਆਂ ਮਰ ਗਈਆਂ ਚਿੜੀਆਂ ਵੀ ਵੇਖ ਲੋ ਅੱਜ ਤੇ ਤੋਤੇ ਵੇਖੋ ਕਿੰਨੇ ਜੀ ਯਾਰ ਫੜ ਗਈ ਇੱਕ ਅੱਧਾ ਪੈਰਟ ਰਜਾਈ ਲੈਣ ਵਾਸਤੇ ਇਸ ਤੋਂ ਵਧੀਆ ਦਿਖਾਉਣਾ ਪਸੰਦ ਕੀਤੀ ਹੈ ਪਰਜਾਈ ਚੌਲ ਆ ਗਏ ਆਪਣੇ ਫਿੱਕੇ ਤੇ ਦਾਲ ਬੜੇ ਚਿਰਾਂ ਬਾਅਦ ਬਣਾਈ ਆ ਤੇ ਨਾਲ ਆਪਣਾ ਆ ਗਿਆ ਅਚਾਰ ਨੜੀਆਂ ਲਿਆਂਦੀ ਚਾਦਰ ਨਵੀਂ ਆਪਣੇ ਉੱਤੇ ਛਾਉਣਾ ਤੇ ਬੈਡ ਤੇ ਆਹ ਲਿਆਂਦੀ ਰਜਾਈ ਆਹ ਚੰਗੀ ਏ ਅੰਦਰੋਂ ਨੀ ਕੋਈ ਗੱਲ ਆਵੇ ਆ ਹੀ ਭਰਾਵਾ ਉਹ ਪਾਸਾ ਤੇ ਏਦਾਂ ਕਰਦੇ ਆ ਵੀ ਉਹ ਪਾਸਾ ਐ ਕਰ ਲਾਂਗੇ ਜਾ ਲਿਆਓ ਹੁਣ ਆ ਵੇਖੋ ਆ ਪਾਸਾ ਦੂਜੀਆਂ ਉਤਰਨਾ ਆ ਤੇ ਉਤਰਲਾ ਹੀ ਆ ਇਹ ਚਾਦਰ ਆ ਬੈਡ ਤੇ ਵਿਛਾਉਣ ਨੂੰ ਆ ਜਦੋਂ ਸਰਾਣੇ ਮੈਂ ਮੰਨਦਾ ਜਦੋਂ ਸਰਾਣੇ ਆ ਵਾ ਤੇ ਸਰਾਣੇ ਦੋਵਾਂ ਪਾਸੇ ਇੱਕੋ ਜੇ ਨਹੀਂ ਵਧੀਆ ਇਹ ਡੈਡ ਜੀ ਬਹੁਤ ਵਧੀਆ ਚੀਜ਼ ਆ ਇਹ ਇਹ ਕਹਿੰਦੇ ਪਹਿਲਾਂ ਹਨੀ ਨੂੰ ਨਹੀਂ ਲੀਰਾਂ ਵਾਲਾ ਨੀ ਇਹ ਵਧੀਆ ਚਵਾ ਰਜਾਈ ਬਹੁਤ ਵਧੀਆ ਏ ਬਾਬਾ ਸਤਿ ਸ਼੍ਰੀ ਅਕਾਲ।